हाय फ्रेंड्स वेलकम करते हैं ਤੁਹਾਡਾ ਸਾਰਾ ਦਾ ਤੁਹਾਡੇ ਆਪਣੇ ਆਫੀਸ਼ੀਅਲ YouTube ਚੈਨਲ ਮੀਤ ਅਕੈਡਮੀ ਦੇ ਉੱਤੇ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਕੁਝ ਵੈਕੈਂਸੀਸ ਆ ਜਿਹਨਾਂ ਨੂੰ ਆਊਟ ਕੀਤਾ ਗਿਆ ਹੈ ਕੈਂਡਰਾ ਬੈਂਕ ਦੇ ਵੱਲੋਂ ਐਕਚੁਅਲ ਦੇ ਵਿੱਚ ਆਲ ਇੰਡੀਆ ਦੀ ਵੈਕੈਂਸੀਸ ਆ ਪੰਜਾਬ ਦੇ ਲਈ ਪੰਜਾਬ ਜੌਬ ਲੋਕੇਸ਼ਨ ਰਹੇਗੀ ਕਿਦਾਂ ਤੁਸੀਂ ਅਪਲਾਈ ਕਰਨਾ ਹੈ ਕਿਆ ਕਿਆ ਐਲੀਜੀਬਿਲਟੀ ਦੱਸੀ ਗਈ ਹੈ ਸਾਰਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੀ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਇਸੇ ਤਰ੍ਹਾਂ ਤੁਸੀਂ ਚਾਹਦੇ ਹੋ ਪੰਜਾਬ ਸਟੇਟ ਦੀ ਹਰ ਇੱਕ ਭਰਤੀ ਦੀ ਇਨਫੋਰਮੇਸ਼ਨ ਤੇ ਉਹਦੇ ਨਾਲ ਨਾਲ ਸੈਂਟਰਲ ਗਵਰਨਮੈਂਟ ਦੀ ਜਿਹੜੀਆਂ ਵੀ ਵੈਕੈਂਸੀਸ ਆਉਂਦੀਆਂ ਆ ਉਹਦੀ ਇਨਫੋਰਮੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਇਨਾ ਤੁਹਾਨੂੰ ਫ੍ਰੀ ਦੇ ਵਿੱਚ ਹੀ ਨੋਟੀਫਿਕੇਸ਼ਨ ਆ ਜਾਵੇਗਾ ਜਦ ਜਦ ਵੀ ਮੈਂ ਤੁਹਾਡੇ ਵਾਸਤੇ ਕੋਈ ਨਵੀਂ ਇਨਫੋਰਮੇਸ਼ਨ ਲੈ ਕੇ ਆਵਾਂਗੀ ਬਾਕੀ ਦੱਸਣਾ ਚਾਹਾਂਗੀ ਪੰਜਾਬ ਦੇ ਵਿੱਚ ਦੋ ਤਿੰਨ ਵਿਭਾਗਾ ਦੇ ਅਲੱਗ-ਅਲੱਗ ਨੋਟੀਫਿਕੇਸ਼ਨ ਰਿਲੀਜ਼ ਕਰ ਦਿੱਤੇ ਗਏ ਆ ਦੋ ਨੋਟੀਫਿਕੇਸ਼ਨ ਮੈਂ ਤੁਹਾਨੂੰ ਕੱਲ ਆਪਣੀ ਵੀਡੀਓ ਦੇ ਥਰੂ ਦੱਸ ਦਿੱਤੇ ਸੀਗੇ ਜੇ ਕਿਸੇ ਕਾਰਨ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਤੁਸੀਂ ਉਹਨੂੰ ਚੈੱਕ ਕਰ ਸਕਦੇ ਆ ਤੇ ਇੱਕ ਨੋਟੀਫਿਕੇਸ਼ਨ ਹੋਰ ਰਿਲੀਜ਼ ਕਰ ਦਿੱਤਾ ਗਿਆ ਹੈ ਅਸਿਸਟੈਂਟ ਜੀਲ ਸੁਪਰਡੈਂਟ ਦੀ ਵੈਕੈਂਸੀਜ਼ ਦਾ ਜਿਹੜਾ ਕਿ ਤੁਹਾਨੂੰ ਪਤਾ ਹੈ ਪੀ ਟਰਪਲ ਐਸ ਪੀ ਦੇ ਵੱਲੋਂ ਵੈਕੈਂਸੀਜ਼ ਨੂੰ ਆਊਟ ਕੀਤਾ ਗਿਆ 46 ਵੈਕੈਂਸੀਜ਼ ਹੈ ਤੇ ਇਸ ਤੋਂ ਇਲਾਵਾ ਸੈਂਟਰਲ ਗਵਰਨਮੈਂਟ ਦੀ ਵੈਕੈਂਸੀਜ਼ ਆ ਕਾਫੀ ਸਾਰੀਆਂ ਆਊਟ ਕਰ ਦਿੱਤੇ ਗਏ ਆ ਪੰਜਾਬ ਦੇ ਵਿੱਚ ਵੀ ਆਈਆਂ ਹੋਈਆਂ ਐਸ ਬੀ ਆਈ ਬੈਂਕ ਦੀਆਂ ਵੈਕੈਂਸੀਜ਼ ਆ ਜਿਹਦੇ ਵਾਸਤੇ ਅਪ੍ਰੈਂਟਿਸ ਦੀ ਪੋਸਟ ਹੈ ਔਰ ਉਹਦੇ ਵਿੱਚ ਸੈਲਰੀ ਵੀ ਤੁਹਾਡੀ ਬਹੁਤ ਵਧੀਆ ਆ ਜੇਕਰ ਤੁਸੀਂ ਉਹਦੇ ਵਾਸਤੇ ਵੀ ਐਲੀਜੀਬਲ ਹੈ ਸਾਡੀ ਅਫੀਸ਼ੀਅਲ ਸਾਈਟ ਤੇ ਜਾ ਕੇ ਸਾਰੀ ਵੈਕੈਂਸੀਜ਼ ਨੂੰ ਜਰੂਰ ਚੈੱਕ ਕਰ ਲਿਓ ਰੇਲਵੇ ਦੀ ਵੀ ਤੇ ਸਾਡੀ ਅਫੀਸ਼ੀਅਲ ਸਾਈਟ www.clory.com ਜਿਹਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਮਿਲ ਜਾਊਗਾ ਤੁਸੀਂ ਸਕਰੀਨ ਤੇ ਵੈਬਸਾਈਟ ਵੀ ਦੇਖ ਸਕਦੇ ਆ ਤੁਸੀਂ ਚਾਹੋ ਤੁਸੀਂ ਇਹਨੂੰ ਡਾਇਰੈਕਟ Google ਤੇ ਟਾਈਪ ਕਰ ਸਕਦੇ ਆ ਤੁਹਾਨੂੰ ਫਰਸਟ ਨੰਬਰ ਤੇ ਸਾਡੀ ਅਫੀਸ਼ੀਅਲ ਸਾਈਟ ਮਿਲ ਜੂਗੀ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਕੈਨਡਰਾ ਬੈਂਕ ਦੇ ਉੱਦੋਂ ਵੈਕੈਂਸੀਜ਼ ਜਿਹੜੀਆਂ ਉਹਨੂੰ ਆਊਟ ਕੀਤਾ ਗਿਆ ਆ ਉਦੇ ਵਾਸਤੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕਿਾ ਕਿਹੜੀ ਐਲੀਜੀਬਿਲਟੀ ਕ੍ਰਾਈਟੇਰੀਆ ਦੱਸਿਆ ਗਿਆ ਆ ਉਹਦੇ ਲਈ ਚਲਦੇ ਆਪਾਂ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਉੱਥੇ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਦੀ ਕਿਹੜੀ ਕਿਹੜੀ ਵੈਕੈਂਸੀਜ਼ ਨੂੰ ਆਊਟ ਕੀਤਾ ਗਿਆ ਹੈ ਕਿੱਦਾਂ ਤੁਸੀਂ ਜਿਹੜਾ ਅਪਲਾਈ ਕਰਨਾ ਹੈ ਤੁਸੀਂ ਦੇਖ ਸਕਦੇ ਆਪਾਂ ਆਪਣੀ ਆਫੀਸ਼ੀਅਲ ਵੈਬਸਾਈਟ ਦੇ ਉੱਤੇ ਆ ਚੁੱਕੇ ਆ ਆਰਗੇਨਾਈਜੇਸ਼ਨ ਨੇਮ ਤੁਹਾਡਾ ਜਿਹੜਾ ਕੈਨੇਡਾ ਬੈਂਕ ਰਹੂਗਾ ਕੈਨੇਡਾ ਬੈਂਕ ਦੇ ਵੱਲੋਂ ਵੈਕੈਂਸੀਜ਼ ਨੂੰ ਆਊਟ ਕੀਤਾ ਗਿਆ ਆ ਤੁਸੀਂ ਜੇ एलिजिबल ਹੈ ਤਾਂ ਤੁਸੀਂ ਹੁਣੇ ਜਾ ਕੇ ਅਪਲਾਈ ਜ਼ਰੂਰ ਕਰ ਲਿਓ ஆன்ਲਾਈਨ ਤੁਸੀਂ ਅਪਲਾਈ ਕਰਨਾ ਕੋਈ ਅਦਰ ਮੋਡ ਅਪਲਾਈ ਕਰਨ ਦਾ ਨਹੀਂ ਹੈ ਯਾਨੀ ਕਿ ਤੁਸੀਂ ਆਫਲਾਈਨ ਅਪਲਾਈ ਨਹੀਂ ਕਰ ਸਕਦੇ ਜਾਂ ਫਿਰ ਈਮੇਲ ਦੇ ਥਰੂ ਨਹੀਂ ਕਰ ਸਕਦੇ ਸਿਰਫ ਆਨਲਾਈਨ ਅਪਲਾਈ ਕਰਨਾ ਹੈ ਇਹਨਾਂ ਦੇ ਪੋਰਟਲ ਤੇ ਜਾ ਕੇ ਸਾਰੇ ਕੈਂਡੀਡੇਟ ਇੱਥੇ एलिजिबल ਨੇ ਅਪਲਾਈ ਕਰ ਸਕਦੇ ਆ ਇਦੇ ਵਿੱਚ 25 ਤਰ੍ਹਾਂ ਦੀਆਂ ਵੈਕੈਂਸੀਜ਼ ਆ ਜਿਨ੍ਹਾਂ ਨੂੰ ਆਊਟ ਕੀਤਾ ਗਿਆ ਹੈ ਟੋਟਲ ਵੈਕੈਂਸੀਜ਼ 220 ਪਲੱਸ ਹੈ ਟਾਈਪ ਆਫ ਵੈਕੈਂਸੀਜ਼ ਜੇ ਆਪਾਂ ਗੱਲ ਕਰੀਏ 25 ਤਰ੍ਹਾਂ ਦੀਆਂ ਵੈਕੈਂਸੀਜ਼ ਨੂੰ ਆਊਟ ਕੀਤਾ ਗਿਆ ਜਿਦੇ ਵਿੱਚ ਤੁਹਾਡੀ ਸੈਲਰੀ ਬਹੁਤ ਵਧੀਆ ਹੈ 23700 ਤੋਂ ਲੈ ਕੇ 51490 ਤੁਹਾਡੀ ਇਹਦੇ ਵਿੱਚ ਸੈਲਰੀ ਰਹੇਗੀ ਤانوں ਮੈਂ ਇਹਦੇ ਵਿੱਚ ਡਿਟੇਲਸ ਦੇ ਵਿੱਚ ਦੱਸਾਂਗੀ ਕਿ ਕਿਹੜੀ ਕਿਹੜੀ ਪੋਸਟ ਆਊਟ ਕੀਤੀ ਗਈਆਂ ਆ ਇਹਦੇ ਵਿੱਚ ਤੁਹਾਡਾ ਸਿਲੈਕਸ਼ਨ ਪ੍ਰੋਸੈਸ ਜਿਹੜਾ ਰਹੂਗਾ ਉਹਦੇ ਵਿੱਚ ਪਹਿਲਾਂ ਤੁਹਾਡਾ ਐਗਜ਼ਾਮ ਰਹੇਗਾ ਦੈਨ ਤੁਹਾਡੀ ਇੰਟਰਵਿਊ ਅਤੇ ਗਰੁੱਪ ਡਿਸਕਸ਼ਨ ਜਿਹੜੀ ਰਹੇਗੀ ਪਹਿਲੀ ਜਿਹੜੀ ਪੋਸਟ ਹੈ ਉਹ ਬੈਕਅਪ ਐਡਮਿਨਿਸਟਰੇਟਰ ਦੀ ਆਊਟ ਕੀਤੀ ਗਈ ਹੈ ਉਸ ਤੋਂ ਬਾਅਦ ETL ਸਪੈਸ਼ਲਿਸਟ ਦੀ ਹੈ ਯਾਨੀ ਕਿ ਐਕਸਟ੍ਰੈਕਟ ਟਰਾਂਸਫਾਰਮ ਐਂਡ ਸਪੈਸ਼ਲਿਸਟ ਲੋਡ ਸਪੈਸ਼ਲਿਸਟ ਦੀ ਵੈਕੈਂਸੀ ਹੈ ਔਰ BA ਸਪੈਸ਼ਲਿਸਟ ਦੀ ਹੈ ਐਂਟੀਵਾਇਰਸ ਐਡਮਿਨਿਸਟਰੇਟਰ ਨੈਟਵਰਕ ਐਡਮਿਨਿਸਟਰੇਟਰ ਡਾਟਾਵੇਸ ਐਡਮਿਨਿਸਟਰ सिस्टम एडमिनिस्ट्रेटर, डिवेलपर प्रोग्रामर एसओसी, एनालिस्ट, मैनेजर लॉ विच वेकेंसीज ने कोस्ट अकाउंटेंट या चार्टेड अकाउंटेंट मैनेजर फाइनेंस और इंफॉर्मेशन सिक्योरिटी एनालिस्ट ਹੈਕਰਸ ਐਂਡ ਹੈਕਰਸ ਟੈਸਟਰਸ ਦੀ ਰਿਕੁਆਇਰਮੈਂਟ ਹੈ ਸਾਈਬਰ ਫੋਰੈਂਸਿਕ ਐਨਾਲਿਸਟ ਦੀ ਹੈ ਔਰ ਡਾਟਾ ਮਾਈਨਿੰਗ ਐਕਸਪਰਟ ਦੀ ਵੈਕੈਂਸੀਜ਼ ਨੂੰ ਆਊਟ ਕੀਤਾ ਗਿਆ ਇਸ ਤੋਂ ਇਲਾਵਾ ਬੇਸ 24 ਐਡਮਿਨਿਸਟ੍ਰੇਟਰ ਸਟੋਰੇਜ ਐਡਮਿਨਿਸਟ੍ਰੇਟਰ ਮਿਡਲ ਵੇਅਰ ਐਡਮਿਨਿਸਟ੍ਰੇਟਰ ਡਾਟਾ ਐਨਾਲਿਸਟ ਮੈਨੇਜਰ ਅਤੇ ਸੀਨੀਅਰ ਮੈਨੇਜਰ ਦੀਆਂ ਇਹ ਜਿਹੜੀਆਂ ਵੈਕੈਂਸੀਜ਼ ਹੈ ਜਿਹਨਾਂ ਨੂੰ ਆਊਟ ਕੀਤਾ ਗਿਆ ਲਾਸਟ ਵਾਲੀ ਜਿਹੜੀ ਵੈਕੈਂਸੀ ਤੁਸੀਂ ਦੇਖ ਸਕਦੇ ਆ ਫਰੈਸ਼ਰ ਕੈਂਡੀਡੇਟ ਵੀ ਇਹਦੇ ਵਾਸਤੇ ਐਲੀਜੀਬਲ ਨੇ ਅਪਲਾਈ ਕਰ ਸਕਦੇ ਕਾਫੀ ਵਧੀਆ ਮੌਕਾ ਤੁਹਾਡੇ ਕੋਲ ਇਹਦੇ ਵਿੱਚ ਆ ਚੁੱਕਾ ਆ ਖਾਸ ਤੌਰ ਤੇ ਫਰੈਸ਼ਰ ਕੈਂਡੀਡੇਟ ਵਾਸਤੇ ਔਰ ਇਹਦੇ ਵਿੱਚ ਜਿਹੜੀ ਤੁਹਾਡੀ ਐਪਲੀਕੇਸ਼ਨ ਦੀ ਫੀ ਰ ਹੋਊਗੀ ਐਸ ਸੀ ਐਸ ਡੀ ਪੀ ਡਬਲਯੂ ਡੀ ਕੈਂਡੀਡੇਟ ਵਾਸਤੇ 100 ਰੁਪੀਜ਼ ਹੈ ਪਲਸ ਇੰਟੀਮੇਸ਼ਨ ਚਾਰजेस ਹੋ ਰਹਿਣਗੇ ਜਨਰਲ ਐਂਡ ओबीसी ਵਾਸਤੇ 600 ਰੁਪਏ ਐਪਲੀਕੇਸ਼ਨ ਦੀ ਫੀਸ ਹੈ ਪਲਸ ਜੀਐਸਟੀ ਪੇਮੈਂਟ ਮੋਡ ਤੁਹਾਡਾ ਜਿਹੜਾ ਆਨਲਾਈਨ ਦਵੇਗਾ ਡੈਬਿਟ ਕਾਰਡ ਕ੍ਰੈਡਿਟ ਕਾਰਡ ਨੈਟ ਬੈਂਕਿੰਗ ਦੇ ਥਰੂ ਤੁਸੀਂ ਕਰ ਸਕਦੇ ਆ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਤੁਹਾਨੂੰ ਲਿੰਕ ਵੀ ਇਹਦਾ ਦੇ ਦਿੱਤਾ ਹੈ ਉੱਥੇ ਜਾ ਕੇ ਤੁਸੀਂ ਪਹਿਲਾਂ ਪੜ੍ਹ ਲਓ ਫਿਰ ਅਪਲਾਈ ਕਰਨਾ ਉਮਰ ਆਦੀ ਆਪਾਂ ਗੱਲ ਕਰੀਏ ਕੁਝ ਪੋਸਟਾਂ ਲਈ 20 ਤੋਂ 30 ਹੈ ਕੁਝ ਪੋਸਟਾਂ ਲਈ 22 ਤੋਂ 35 ਹੈ ਜਿਨ੍ਹਾਂ ਨੇ ਬੀਈ ਬੀਟੈਕ ਐਮਏ ਐਮਟੈਕ ਕੀਤੀ ਹੋਈ ਹੈ ਰੈਲੇਵੈਂਟ ਡਿਸਪੀਸਲਨ ਦੇ ਵਿੱਚ ਉਹ ਸਾਰੇ ਕੈਂਡੀਡੇਟ ਐਲੀਜੀਬ 25 ਨਵੰਬਰ ਤੋਂ 15 ਦਸੰਬਰ ਤੱਕ ਤੁਸੀਂ ਅਪਲਾਈ ਕਰ ਸਕਦੇ ਆ ਇਹ ਅਪਲਾਈ ਆਨਲਾਈਨ ਦਾ ਲਿੰਕ ਹੈ ਨੋਟੀਫਿਕੇਸ਼ਨ ਦਾ ਪਹਿਲਾਂ ਚੰਗੀ ਤਰ੍ਹਾਂ ਪੜਿਓ ਜੇ ਤੁਸੀਂ ਐਲੀਜੀਬਲ ਆ ਹੁਣੇ ਜਾ ਕੇ ਜ਼ਰੂਰ ਅਪਲਾਈ ਕਰਿਓ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਦੇ ਨਾਲ ਤਾਂ ਤੱਕ